ਤੁਸੀਂ ਦੇਖੋ ਕਿ ਹਾਲਾਤ ਨੇ, ਇਹ ਹਰਿਆਣਾ ਪੁਲਿਸ ਦਾ ਮੁਲਾਜ਼ਮ ਹੈ, ਇਹਨਾਂ ਦੀ ਬੇਸ਼ੱਕ ਡਿਊਟੀ ਹੋਵੇ, ਪਰ ਅਸੀਂ ਆਪਣਾ ਬੇਸ਼ੱਕ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਤਸਵੀਰ ਹੈ ਤਾਂ ਦੇਖੋ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ, ਪਿੱਛੇ ਮੁਲਾਜ਼ਮ ਨੇ, ਇੱਥੇ 7 ਲੇਅਰ ਦੀ ਜਿਹੜੀ ਬੈਰੀਕੇਡਿੰਗ ਹੈ, ਤਾਂ ਇਹ ਹਰਿਆਣਾ ਪੁਲਿਸ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਕਿ ਕਿਵੇਂ ਹਰਿਆਣਾ ਪੁਲਿਸ ਹੈ ਜਿਹੜੀ ਕਿਵੇਂ ਹੱਥੋਂ ਪਾਈ ਕਰ ਰਹੀ ਹੈ, ਇਹ ਤੁਸੀਂ ਦੇਖੋ ਕਿ ਹਾਲਾਤ ਨੇ, ਇਹ ਹਰਿਆਣਾ ਪੁਲਿਸ ਦਾ ਮੁਲਾਜ਼ਮ ਹੈ, ਇਹਨਾਂ ਦੀ ਬੇਸ਼ੱਕ ਡਿਊਟੀ ਹੋਵੇ, ਪਰ ਅਸੀਂ ਆਪਣਾ ਬੇਸ਼ੱਕ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਤਸਵੀਰ ਹੈ ਤਾਂ ਦੇਖੋ ਬਿਲਕੁਲ ਇਸ ਵੇਲੇ ਦੇਖੋ ਸ਼ੰਭੂ ਬੈਰੀਅਰ ਤੇ ਹੈ ਔਰ ਇਹ ਪੁਲ ਹੈ, ਔਰ ਇੱਥੇ ਤੁਸੀਂ ਦੇਖੋ ਕਿ ਵੱਡੇ ਵੱਡੇ ਬੈਰੀਕੇਡ ਲਾਏ ਗਏ ਨੇ, ਪਰ ਪੁਲਿਸ ਇੱਥੇ ਵੀ ਕੈਮਰੇ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਮੁਲਾਜ਼ਮ ਤੁਸੀਂ ਦੇਖ ਰਹੇ ਹੋ ਕਿ ਮੀਡੀਆ ਦੀ ਵੀ ਇੱਥੇ ਐਂਟਰੀ ਜਿਹੜੀ ਰੋਕੀ ਗਈ ਹੈ। ਅਜੇ ਇੱਧਰ ਦੀ ਤਸਵੀਰ ਦਿਖਾਓ, ਅਜੇ ਇੱਧਰ ਦੇਖੋ, ਇੱਥੇ ਮੈਂ ਬੈਰੀਕੇਡ ਤੇ ਖੜਾ ਔਰ ਇੱਥੋਂ ਵੀ ਡੇਗਣ ਦੀ ਕੋਸ਼ਿਸ਼, ਕੈਮਰਾ ਪੁਲਿਸ ਮੁਲਾਜ਼ਮ ਨੇ ਫੜ ਲਿਆ, ਕੈਮਰਾ ਪੁਲਿਸ ਮੁਲਾਜ਼ਮ ਨੇ ਫੜ ਲਿਆ। ਹਰਿਆਣਾ ਪੁਲਿਸ ਦੀ ਇਹ ਤਰਾਸਦੀ ਹੈ, ਹਰਿਆਣਾ ਪੁਲਿਸ ਦੇ ਹੱਥ ਦੇ ਵਿੱਚ ਇਸ ਵੇਲੇ ਕੈਮਰਾ, ਹਰਿਆਣਾ ਪੁਲਿਸ ਦੇ ਹੱਥ ਵਿੱਚ ਕੈਮਰਾ। ਬ੍ਰਦਰ ਤੁਸੀਂ ਕੈਮਰਾ ਫੜੋ, ਅਰਸ਼ਦੀਪ ਕੈਮਰਾ ਆਪਰੇਟ ਕਰ ਅਰਸ਼ਦੀਪ। ਸਰਕਾਰ ਜੀ, ਤਾਂ ਇਹ ਤਸਵੀਰ ਹੈ ਕਿ ਹਰਿਆਣਾ ਪੁਲਿਸ ਨੇ ਜਿਹੜਾ ਹੈਗਾ ਇੱਥੇ ਕੈਮਰਾ ਫੜਿਆ, ਇਸ ਵੇਲੇ ਬੈਰੀਕੇਡ ਦੇ ਉੱਪਰ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ, ਪਿੱਛੇ ਮੁਲਾਜ਼ਮ ਨੇ, ਇੱਥੇ 7 ਲੇਅਰ ਦੀ ਜਿਹੜੀ ਬੈਰੀਕੇਡਿੰਗ ਹੈ, ਤਾਂ ਇਹ ਹਰਿਆਣਾ ਪੁਲਿਸ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ ਕਿ ਕਿਵੇਂ ਹਰਿਆਣਾ ਪੁਲਿਸ ਹੈ ਜਿਹੜੀ ਕਿਵੇਂ ਹੱਥੋਂ ਪਾਈ ਕਰ ਰਹੀ ਹੈ। ਇਹ ਤੁਸੀਂ ਦੇਖੋ ਕਿ ਹਾਲਾਤ ਨੇ, ਇਹ ਹਰਿਆਣਾ ਪੁਲਿਸ ਦਾ ਮੁਲਾਜ਼ਮ ਹੈ, ਇਹਨਾਂ ਦੀ ਬੇਸ਼ੱਕ ਡਿਊਟੀ ਹੋਵੇ, ਪਰ ਅਸੀਂ ਆਪਣਾ ਬੇਸ਼ੱਕ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਤਸਵੀਰ ਹੈ ਤਾਂ ਦੇਖੋ ਬੈਰੀਕੇਡ ਦੇ ਉੱਪਰ ਤੱਕ ਜਿਹੜਾ ਹੈਗਾ ਮੀਡੀਆ ਤੱਕ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਤਾਂ ਇਹ ਤਸਵੀਰ ਹੈ ਜੀ, ਤੁਸੀਂ ਦੇਖੋ ਕਿੰਨੀ ਇਹਨਾਂ ਦੀ ਤਿਆਰੀ ਹੋਵੇਗੀ, ਇਹ ਕਿਹਨੇ ਤੋਂ ਪੁੱਛ ਲੈਂਦੇ ਆ, ਇੱਕ ਇਹ ਦੱਸ ਦਿਓ ਇਹ ਤੁਸੀਂ ਪੰਜਾਬ ਚੋ ਕਿ ਹਰਿਆਣੇ ਚੋ, ਤੁਸੀਂ ਪੰਜਾਬ ਚੋ ਕਿ ਹਰਿਆਣੇ ਚੋ? ਆਪ ਚਲੇ ਜਾਓ, ਨਹੀਂ ਕਹੋ ਮੇਰਾ ਪੰਜਾਬ ਹੈ, ਮੇਰਾ ਪੰਜਾਬ ਹੈ, ਮੇਰਾ ਪੰਜਾਬ ਹੈ ਸਰ ਜੀ, ਆਪ ਬਾਤ ਨਹੀਂ ਹੈ, ਮੇਰਾ ਪੰਜਾਬ ਹੈ, ਕੋਈ ਆਪ ਯਹਾਂ ਕਿਆ ਲੈਣੇ ਆਇਓ, ਆਪ ਪੰਜਾਬ ਮੇ ਕਿਆ ਲੈਣੇ ਆਇਓ, ਆਪ ਪੰਜਾਬ ਮੇ ਬਾਹਰ ਹੋ ਕੇ ਕਰ ਲੋ, ਨਹੀਂ ਆਪ ਪੰਜਾਬ ਮੇ ਕਰ ਰਹੇ ਆਪ ਸੇ ਹਮ ਮਨਾ ਥੋੜੀ ਕਰ ਰਹੇ ਹੈ ਆਪ ਸੇ, ਨਹੀਂ ਆਪ ਪੰਜਾਬ ਉੱਚੇ ਅਧਿਕਾਰੀ ਪੰਜਾਬ ਕੇ ਨਹੀਂ ਹੋ, ਆਪ ਉੱਚੇ ਅਧਿਕਾਰੀ ਪੰਜਾਬ ਕੇ ਨਹੀਂ ਹੋ, ਆਪ ਅਧਿਕਾਰੀਓ ਸੇ ਬਾਤ ਕਰੋ ਸਰ, ਯਹਾਂ ਪੰਜਾਬ ਕੇ ਅਧਿਕਾਰੀ ਬਾਤ ਕਰੇਂਗੇ ਆਪ ਸਰ, ਸਰ ਆਪ ਅਧਿਕਾਰੀਓ ਸੇ ਬਾਤ ਕਰੋ, ਮੈਂ ਆਪ ਕੇ ਬਾਤ ਕਰੇਂਗੇ ਹਰਿਆਣਾ ਕੇ, ਆਪ ਲਗਾਓ ਆਪ ਅਧਿਕਾਰੀ ਸੇ ਬਾਤ, ਨਹੀਂ ਪੰਜਾਬ ਮੇ ਕਬ ਸੇ ਹਰਿਆਣਾ, ਆਪ ਕੇ ਚੋਟ ਲੱਗੀ ਕੌਣ ਜ਼ਿੰਮੇਵਾਰ ਹੈ ਸਰ, ਯਹਾਂ ਬਤਾਓ ਪੰਜਾਬ ਪੰਜਾਬ ਮੇ ਹਰਿਆਣਾ ਕਾ ਰੂਲ ਕਬ ਸੇ ਲਾਗੂ ਹੋ ਗਿਆ, ਪਲੀਜ਼ ਪੰਜਾਬ ਮੇ ਹਰਿਆਣਾ ਕਾ ਰੂਲ ਕਬ ਸੇ ਲਾਗੂ, 1934 ਸੇ ਹੈ ਸਰ, ਚਲੇ ਨਹੀਂ ਪੰਜਾਬ ਮੇ, ਪੰਜਾਬ ਮੇ 1934 ਸਾਹਮਣੇ ਇਹ ਪੰਜਾਬ ਹੈ, ਆਗੇ ਆਪਕਾ ਹਰਿਆਣਾ ਹੈ, ਪਿੱਛੇ ਪੰਜਾਬ ਹੈ, ਹਮ ਪੰਜਾਬ ਮੇ ਹੈ, ਆਪ ਆਗੇ ਹਰਿਆਣਾ ਹੈ, ਆਪ ਤੋ ਹਮ ਦੇਖੀਏ ਆਪਸੇ ਇੱਜ਼ਤ ਸੇ ਬਾਤ ਕਰ ਰਹੇ ਹੈਂ, ਆਪ ਯਹਾਂ ਮੈਂ ਸਿਰਫ ਤਸਵੀਰ ਦਿਖਾਨੀ ਹੈ, ਚੋਟ ਲੱਗੀ ਕੌਣ ਜ਼ਿੰਮੇਵਾਰ, ਮੁਝੇ ਲੱਗੇਗੀ ਆਪ ਤੋ ਨਹੀਂ, ਪਲੀਜ਼ ਆਪਕੀ ਲਾਠੀ ਸੇ ਭਲੇ ਚੋਟ ਲੱਗ ਜਾਏ, ਹਮੇ ਨਹੀਂ ਲੱਗੇਗੀ, ਆਪ ਤੋ ਹਮਨੇ ਚਲਾ ਹੀ ਨਹੀਂ, ਹਰਕਤੇ ਤੋ ਆਪਕੀ ਵਹੀ ਹੈ ਨਾ, ਕਹਾਂ ਕਿਆ ਹਰਕਤੇ ਕੀ ਹੈ, ਕੁਛ ਹੀ ਹੈ ਨਾ, ਜਿਸ ਤਰ੍ਹਾਂ ਸੇ ਆਪ ਧੱਕੇ ਮਾਰ ਰਹੇ ਹੋ, ਕਬ ਧੱਕੇ ਮਾਰੇ ਆਪ, ਕਿਰਪਾ ਆਪ ਹਰਿਆਣੇ ਮੇ ਰਹੀਏ, ਪੰਜਾਬ ਮੇ ਮਤ ਆਪਣਾ, ਪੰਜਾਬ ਮੇ ਜ਼ੋਰ ਅਜ਼ਮਾਇਸ਼ ਮਤ ਕੀਜੀਏ, ਨਹੀਂ ਕਰ ਰਹੇ ਹਮ ਜ਼ੋਰ ਅਜ਼ਮਾਇਸ਼, ਤੋ ਆਪ ਪਿੱਛੇ ਹਰਿਆਣੇ ਮੇ ਜਾਈਏ, ਹਰਿਆਣੇ ਮੇ ਰਹੀਏ, ਤੋ ਕਿਰਪਾ ਪੰਜਾਬ ਮੇ, ਪੰਜਾਬ ਹੈ ਭਾਈ, ਤਾਂ ਇਹ ਤਸਵੀਰ ਹੈ ਜੀ, ਇਹ ਹਰਿਆਣਾ ਪੁਲਿਸ ਹੈ, ਆਪਦਾ ਹਰਿਆਣੇ ਵਾਲਾ ਰਸਤਾ ਇਹਨਾਂ ਦਾ ਬੰਦ ਹੈ, ਹਰਿਆਣੇ ਨੇ ਪੂਰੇ ਬੈਰੀਕੇਡ ਆ ਜਿਹੜੇ 7-8 ਲੇਅਰ ਦੀ ਜਿਹੜੀ ਬੈਰੀਕੇਡ ਕੀਤੀ ਹੈ, ਤੁਸੀਂ ਇੱਧਰ ਦੇਖੋ ਪਿੱਛੇ ਕਿ ਹਰਿਆਣੇ ਵਾਲੇ ਮੁਲਾਜ਼ਮ ਹੁਣ ਪੰਜਾਬ ਵਾਲੇ ਪਾਸੇ ਦੀ ਆਪ ਆਉਣਾ ਪੈਂਦਾ ਇਹਨਾਂ ਨੂੰ, ਕਿਉਂਕਿ ਹਰਿਆਣੇ ਵਾਲੇ ਪਾਸੇ ਬੈਰੀਕੇਡ ਹੈ, ਔਰ ਸਾਨੂੰ ਪੰਜਾਬ ਵਾਲੇ ਪਾਸੇ ਵੀ ਰਹਿਣ ਤੋਂ ਇਹਨਾਂ ਨੂੰ ਦਿੱਕਤ ਹੋ ਰਹੀ ਹੈ, ਇਹ ਖੁਦ ਆ ਜਿਹੜੇ ਮੁਲਾਜ਼ਮ ਪੰਜਾਬ ਵਾਲੇ ਪਾਸੇ ਆਉਂਦੇ ਆ, ਔਰ ਸਾਡੇ ਤੇ ਇਹ ਪਾਬੰਦੀ ਆ
ਕਿ ਮੀਡੀਆ ਇੱਥੋਂ ਲਾਈਵ ਵੀ ਨਹੀਂ ਦਿਖਾਏਗਾ, ਮੀਡੀਆ ਇੱਥੋਂ ਦੀਆਂ ਤਸਵੀਰਾਂ ਵੀ ਨਹੀਂ ਦਿਖਾਏਗਾ। ਪਰ ਕਹਿੰਦੇ ਨੇ ਕਿ ਇੱਦਾਂ ਨਹੀਂ ਰੋਕਿਆ ਜਾ ਸਕਦਾ। ਇਹ ਤਸਵੀਰ ਦੇਖੋ, ਇਹ ਘੱਗਰ ਦੇ ਅੰਦਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਵੱਡੇ ਵੱਡੇ ਖੱਡੇ ਪੱਟੇ ਗਏ ਆ, ਕਿਵੇਂ ਟੋਏ ਪੱਟੇ ਗਏ ਆ। ਔਰ ਜਿਹੜੇ ਲੋਕ ਪੈਦਲ ਵੀ ਲੰਘਣਾ ਚਾਹੁੰਦੇ ਆ ਉਹਨਾਂ ਦੇ ਪੈਦਲ ਲੰਘਣ 'ਤੇ ਪਾਬੰਦੀ ਆ। ਹੁਣ ਤੁਸੀਂ ਥੱਲੇ ਦੇਖੋ, ਇਹ ਕੋਈ ਵਿਅਕਤੀ ਜਿਹੜਾ ਹੈਗਾ ਹਰਿਆਣੇ ਦੇ ਵਾਲੇ ਪਾਸਿਓਂ ਪੰਜਾਬ 'ਚ ਆਉਣਾ ਚਾਹੁੰਦਾ ਤਾਂ ਇਸ ਨੂੰ ਦਰਿਆ ਦੇ ਵਿੱਚ ਦੀ ਘੱਗਰ ਦਾ ਪਾਣੀ ਬੇਸ਼ੱਕ ਘੱਟ ਹੈ ਪਰ ਇਹਨੂੰ ਘੱਗਰ ਦੇ ਪਾਣੀ ਦੇ ਵਿੱਚ ਦੀ ਆਉਣਾ ਪੈ ਰਿਹਾ। ਇਹ ਤਸਵੀਰਾਂ ਨੇ ਘੱਗਰ ਦੇ ਅੰਦਰ ਵੀ ਵੱਡੇ ਵੱਡੇ ਟੋਏ ਜਿਹੜੇ ਉਹ ਪੱਟੇ ਗਏ ਆ ਤਾਂ ਕਿ ਕੋਈ ਟਰੈਕਟਰ ਜਾਂ ਕੋਈ ਸਾਧਨ ਹੈ ਜਿਹੜਾ ਉਹ ਨਾ ਲੰਘ ਸਕੇ। ਇੱਧਰ ਤੁਸੀਂ ਇੱਧਰ ਤੁਹਾਨੂੰ ਹੋਰ ਤਸਵੀਰਾਂ ਦਿਖਾਉਣੇ ਆ ਕਿ ਕਿਸ ਤਰ੍ਹਾਂ ਦੀ ਤਸਵੀਰ ਹੈ, ਇਹ ਕਿਵੇਂ ਇੱਥੇ ਟੋਏ ਪੱਟੇ ਗਏ ਨੇ। ਤਾਂ ਹਰਿਆਣਾ ਪੁਲਿਸ ਦਾ ਤੁਸੀਂ ਰਵੱਈਆ ਦੇਖੋ ਕਿ ਮੁਲਾਜ਼ਮ ਦੇਖੋ ਸਾਹਮਣੇ ਹੋਰ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੀਡੀਆ ਵੀ ਇਹ ਤਸਵੀਰਾਂ ਨਾ ਦਿਖਾਵੇ। ਅਸਲ ਦੇ ਵਿੱਚ ਕਹਾਣੀ ਕੀ ਹੈ, ਅਜੇ ਮੇਰੇ ਤੋਂ ਫੋਕਸ ਕਰੋ, ਅਸਲ ਦੇ ਵਿੱਚ ਕਹਾਣੀ ਕੀ ਹੈ, ਅਸੀਂ ਇਸ ਵੇਲੇ ਘੱਗਰ ਵਾਲੇ ਦਰਿਆ ਦੇ ਪੁਲ ਦੇ ਉੱਤੇ ਮੌਜੂਦ ਹਾਂ। ਮੇਰੇ ਪਿਛਲੇ ਪਾਸੇ ਖੱਬੇ ਪਾਸੇ ਜਿਹੜਾ ਹੈਗਾ ਪੰਜਾਬ ਹੈ ਅਤੇ ਸੱਜੇ ਪੇਰੇ ਸਾਹਮਣੇ ਪਾਸੇ ਹਰਿਆਣਾ। ਹਰਿਆਣਾ ਦੇ ਵਾਲੇ ਪਾਸੇ ਪੁਲ ਦੇ ਉੱਤੇ ਬੈਰੀਕੇਡਿੰਗ ਕੀਤੀ ਗਈ ਹੈ, ਸਾਈਡ 'ਤੇ ਇਹ ਲੋਹੇ ਦੀ ਪੱਕੀ ਵੈਲਡਿੰਗ ਕਰਕੇ ਇਹ ਜਿਹੜੀ ਹੈਗੀ ਹੈ ਦੀਵਾਰ ਬਣਾ ਦਿੱਤੀ ਗਈ ਹੈ ਕਿ ਇੱਧਰਲੇ ਪਾਸੇ ਵੀ ਕੋਈ ਜਿਹੜਾ ਹੈਗਾ, ਕਿਉਂਕਿ ਪੁਲਿਸ ਜਿਹੜਾ ਉਹ ਜ਼ੋਰ ਜਮੈਸ਼ ਵੀ ਕਰਦੀ ਹੈ, ਇਹਨਾਂ ਨੇ ਡਾਂਗ ਚਲਾਉਣ ਦੀ ਵੀ ਤਿਆਰੀ ਕਰਨੀ ਹੈ, ਧੱਕੇਸ਼ਾਹੀ ਦੀ ਵੀ ਕਰਨੀ ਹੈ ਕਿ ਕਿਤੇ ਕੋਈ ਇੱਧਰੋਂ ਡਿੱਗ ਕੇ ਦਰਿਆ ਦੇ ਪਾਸੇ ਨਾ ਡਿੱਗ ਜੇ। ਇਹ ਇਹ ਮਨਸ਼ਾ ਜਿਹੜੀ ਹੈ ਉਹ ਹਰਿਆਣਾ ਪੁਲਿਸ ਦੀ ਹੈ। ਅੱਗੇ ਤੁਸੀਂ ਦੇਖੋ ਇਹ ਬੈਰੀਕੇਡ 7 ਲੇਅਰ ਦੀ ਬੈਰੀਕੇਡ ਹੈ ਤਾਂ ਕਿ ਜੇ ਟਰੈਕਟਰ ਆਉਂਦੇ ਨੇ ਜਾਂ ਕਿਸਾਨ ਆਉਂਦੇ ਨੇ ਉਹਨੂੰ ਰੋਕਿਆ ਜਾ ਸਕੇ। ਤਾਂ ਹੁਣ ਇੱਧਰ ਹਰਿਆਣਾ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਇਹਨਾਂ ਨੇ ਟੁਕੜੀਆਂ, ਤੁਸੀਂ ਦੇਖੋ ਕਿ ਭਾਈ ਮੀਡੀਆ ਵਾਲੇ ਇੱਥੋਂ ਨਾ ਤਾਂ ਬੈਰੀਕੇਡ ਹਟਾਉਣ ਵਾਲੇ ਆ ਅਤੇ ਨਾ ਮੀਡੀਆ ਵਾਲੇ ਗਾਂਹ ਜਾਣਾ ਚਾਹੁੰਦੇ ਆ। ਅਸੀਂ ਇੱਥੇ ਖੜ ਕੇ ਤਸਵੀਰ ਦਿਖਾਉਣੀ ਹੈ। ਇੱਕ ਸਾਹਮਣੇ ਸਰਦਾਰ ਜੀ ਮੁਲਾਜ਼ਮ ਨੇ ਰੈਂਕ ਤਾਂ ਕਿਉਂਕਿ ਦੂਰ ਖੜੇ ਨੇ, ਰੈਂਕ ਨਹੀਂ ਪਤਾ ਇਹਨਾਂ ਦਾ ਕੀ ਹੋਏਗਾ, ਸਰਦਾਰ ਜੀ ਖੜੇ ਤਾਂ ਦੂਰ ਨੇ ਪਰ ਇਹ ਜਨਾਬ ਜ਼ਿਆਦਾ ਐਗਰੈਸਿਵ ਨੇ। ਇਹ ਜਨਾਬ ਹੋਰੀ ਸਾਰੀ ਟੀਮ ਨੂੰ ਜਿਹੜਾ ਹੈਗਾ ਬੜਾ ਐਗਰੈਸਿਵ ਕਰਕੇ ਹੋਏ ਰੋਕ ਲਓ ਹੋਏ ਫੜ ਲਓ ਕਰਕੇ, ਜਿੱਦਾਂ ਪੁਲਿਸ ਦਾ ਐਟੀਟਿਊਡ ਹੁੰਦਾ, ਜਿੱਦਾਂ ਪੁਲਿਸ ਦਾ ਰਵੱਈਆ ਹੁੰਦਾ, ਹਲੇ ਤੋਬਾ ਕਰਕੇ ਇੱਥੋਂ ਸਾਨੂੰ ਪਾਸੇ ਹਟਾਉਣ ਦੀ ਕੋਸ਼ਿਸ਼। ਪਰ ਦੇਖੋ ਜਨਾਬ ਹੋਰਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਾਡਾ ਕੰਮ ਹੈ ਤਸਵੀਰਾਂ ਦਿਖਾਉਣਾ। ਇਹ ਬੈਰੀਕੇਡ ਹੈ ਜੀ, ਤਾਂ ਇੱਥੋਂ ਟੋਟਲ ਰਸਤਾ ਜਿਹੜਾ ਹੈਗਾ ਉਹ ਬਲੌਕ ਹੈ, ਇੱਥੋਂ ਕੋਈ ਪੈਦਲ ਵੀ ਨਹੀਂ ਜਾ ਸਕਦਾ। ਤਾਂ ਇਹ ਇੱਥੇ ਮੁਲਾਜ਼ਮ ਜਿਹੜੇ ਇਕੱਠੇ ਹੋਏ ਨੇ, ਹੁਣ ਤੁਹਾਨੂੰ ਅੱਗੇ ਪੰਜਾਬ ਵਾਲੇ ਪਾਸੇ ਦੀ ਤਸਵੀਰ ਦਿਖਾਉਣੀ ਹੈ, ਅਜੇ ਅੱਗੇ ਆ ਜਾਓ। ਤਾਂ ਇਹ ਪੰਜਾਬ ਵਾਲਾ ਪਾਸਾ ਅਤੇ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਜੀ। ਇੱਥੇ ਹਾਲੇ 11 ਤਰੀਕ ਹੈ ਪਰ ਦੇਖੋ ਮੁਲਾਜ਼ਮ ਕਿਵੇਂ ਇਕੱਠੇ ਹੋ ਰਹੇ ਨੇ ਇੱਥੇ ਆਪਣੀ ਜ਼ੋਰ ਅਜਮਾਇਸ਼ ਦੇ ਲਈ। ਅੱਜ ਹੀ ਦੇਖੋ ਪੂਰਾ ਹੈਲਮਟ ਹੁਲਮਟ ਪਾਏ ਨੇ, ਡਾਂਗਾਂ ਤਿਆਰ ਨੇ, ਅੱਜ ਹੀ ਤਿਆਰ ਹੈ, ਸ਼ਾਇਦ ਅੱਜ ਹੀ ਮੀਡੀਆ ਦੇ ਹੱਥ 'ਚ ਬਣਾਉਣਾ ਚਾਹੁੰਦੇ ਨੇ। ਇਸ ਤਰ੍ਹਾਂ ਦਾ ਰਵੱਈਆ, ਇਸ ਤਰ੍ਹਾਂ ਦਾ ਐਟੀਟਿਊਡ। ਤਾਂ ਤਸਵੀਰ ਤੁਸੀਂ ਦੇਖੋ ਕਿ ਜਦੋਂ ਕਿਸਾਨ ਜਾਂ ਪ੍ਰਦਰਸ਼ਨਕਾਰੀ ਇੱਥੇ ਆਉਣਗੇ ਤਾਂ ਉਦੋਂ ਇਹਨਾਂ ਦੀ ਮਨਸ਼ਾ, ਇਹਨਾਂ ਦੀ ਮਾਨਸਿਕਤਾ ਕੀ ਹੋਏਗੀ। ਇਹ ਹਰਿਆਣਾ ਪੁਲਿਸ ਦੀ ਮਾਨਸਿਕਤਾ ਜਿਹੜੀ ਹੈ ਉਹ ਇਸ ਵੇਲੇ ਇਹਨਾਂ ਤਸਵੀਰਾਂ ਦੇ ਰਾਹੀਂ ਨਜ਼ਰ ਆ ਰਹੀ ਹੈ। ਹਾਲਾਂਕਿ ਰਸਤਾ ਕੋਈ ਨਹੀਂ ਛੱਡਿਆ, ਇਹ ਤੁਸੀਂ ਦੇਖੋ ਕਿਵੇਂ ਇੱਥੇ ਟੋਏ ਪੱਟੇ ਗਏ ਹੈ, ਪੂਰੇ ਦਾ ਪੂਰਾ ਜਿਹੜਾ ਬੰਨਾ ਉਹ ਪੱਟ ਦਿੱਤਾ ਗਿਆ ਤਾਂ ਕਿ ਕੋਈ ਅੱਗੇ ਨਾ ਲੰਘ ਸਕੇ। ਇਹ ਤਸਵੀਰ ਹੈ ਜੀ, ਪੂਰੇ ਦਾ ਪੂਰਾ ਰਸਤਾ ਜਿਹੜਾ ਹੈਗਾ ਉਹ ਰੋਕਿਆ ਗਿਆ, ਬੰਦ ਕਰ ਦਿੱਤਾ ਗਿਆ ਤਾਂ ਕਿ ਕੋਈ ਅੱਗੇ ਨਾ ਲੰਘ ਸਕੇ। ਪਰ ਦੇਖੋ ਕਿਸਾਨਾਂ ਨੇ ਸਾਫ਼ ਤੌਰ 'ਤੇ ਐਲਾਨ ਕੀਤਾ ਹੋਇਆ ਕਿ ਅਸੀਂ 13 ਤਰੀਕ ਨੂੰ ਪ੍ਰਦਰਸ਼ਨ ਕਰਨਾ। ਅਤੇ ਸਰਦਾਰ ਜੀ ਨੇ ਬਾਈ ਜੀ ਤੁਸੀਂ ਕਿੱਥੋਂ ਆਏ ਹੋ, ਰੁਕ ਜਾਓ, ਖੜ ਜਾਓ ਜੀ, ਖੜ ਜਾਓ। ਸਰਦਾਰ ਸਾਹਿਬ ਤੁਸੀਂ ਕਿੱਥੋਂ ਆਏ ਹੋ? ਕੱਲ ਦੇ ਖੜੇ ਹਾਂ ਜੀ, ਹੁਣ ਪ੍ਰਦਰਸ਼ਨ ਦਾ 13 ਨੂੰ ਇਹਨਾਂ ਨੇ ਅੱਜ ਹੀ ਰਾਹ ਬੰਦ ਕਰਤੇ। ਉਹੀ ਗੱਲ ਹੈ ਜੀ, ਇਹ ਤਾਂ ਧੱਕਾ ਪੂਰਾ ਧੱਕਾ ਜੀ ਇਹਨਾਂ ਦਾ।
ਠੀਕ ਹੈ ਜੀ। ਹੁਣ ਜਦੋਂ ਪਹਿਲਾਂ ਖਾਲਸਾ ਦੀ ਮੰਗ ਕਰੀ ਇਹਨਾਂ ਨੇ ਉਹਨੂੰ ਕਿਹਾ ਵੀ ਗਲਤ ਆ ਇਹ, ਇਹਨਾਂ ਨੇ ਹੁਣ ਬੈਰੀਕੇਡ ਲਾ ਕੇ ਖਾਲਸਾ ਦਾ ਬਣਾ ਤਾ ਇਹਨਾਂ ਨੇ, ਅਲੱਗ ਕਰਤਾ ਪੰਜਾਬ ਇੱਧਰ ਕੰਧ ਲਾਤੀ ਉੱਧਰ ਬੈਰੀਕੇਡ ਲਾਤੇ, ਸਾਰੇ ਬਾਰਡਰ ਬੰਦ ਨੇ, ਪਾਕਿਸਤਾਨ ਵਾਲੋਂ ਭੈੜਾ ਬਾਰਡਰ ਬਣਾ ਦਿੱਤਾ, ਪਾਕਿਸਤਾਨ ਨੂੰ ਭੈੜਾ ਖਾਲਸਾ ਦਾ ਬਣ, ਇਹਨਾਂ ਨੇ ਆਹ ਬਣਾ, ਪਾਕਿਸਤਾਨ ਵਾਲੇ ਬਾਰਡਰ ਤੋਂ ਫਿਰ ਵੀ ਕਹਿੰਦੇ ਕੁਛ ਭੈਠੀ ਲੰਘ ਜਾਂਦੇ ਆ, ਪਰ ਇੱਥੇ ਤਾਂ ਮੀਡੀਆ ਨੂੰ ਵੀ ਗਾਣੀ ਜਾਣ ਦਿੱਤਾ ਜਾ ਰਿਹਾ। ਇਹ ਤਸਵੀਰ ਹੈ ਇੱਥੋਂ ਦੀ, ਤਾਂ ਇਹ ਸਾਹਮਣੇ ਮੇਰੇ ਹਰਿਆਣਾ ਔਰ ਇਹ ਇੱਧਰਲਾ ਪਾਸਾ ਪੰਜਾਬ ਆ, ਤਾਂ ਇਹ ਹਰਿਆਣਾ ਪੁਲਿਸ ਹੈ ਜਿਹੜੀ ਪੰਜਾਬ ਵਾਲੇ ਪਾਸੇ ਆ ਕੇ ਵੀ ਕਹਿੰਦੀ ਆ ਕਿ ਮੀਡੀਆ ਇੱਥੇ ਵੀ ਨਹੀਂ ਖੜ ਸਕਦਾ। ਤਾਂ ਇਹ ਤਸਵੀਰ ਹੈ ਜੀ, ਇਹ ਤੁਸੀਂ ਇਹਨਾਂ ਦੀ ਤਿਆਰੀ ਦੇਖੋ, ਤੁਹਾਨੂੰ ਤਿਆਰੀ ਦੇਖ ਕੇ ਲੱਗਦਾ ਹੈ ਕਿ ਪ੍ਰਦਰਸ਼ਨ 13 ਤਰੀਕ ਨੂੰ ਹੈ, ਅੱਜ ਵਾਲੇ 11 ਤਰੀਕ ਹੈ। ਜਿਹੜਾ ਕੋਈ ਇੱਕਾ ਦੁੱਕਾ ਵਿਅਕਤੀ ਇੱਥੋਂ ਪੈਦਲ ਵੀ ਲੰਘਣ ਦੀ ਕੋਸ਼ਿਸ਼ ਕਰਦਾ ਉਹਦੇ 'ਤੇ ਵੀ ਜਿਹੜਾ ਹੈਗਾ ਅਗਰੈਸਿਵਲੀ, ਹਾਲਾਂਕਿ ਦੇਖੋ ਸਾਡੇ ਕੈਮਰੇ ਚੱਲ ਰਹੇ ਨੇ, ਲਾਈਵ ਚੱਲ ਰਿਹਾ, ਲਾਈਵ ਟੈਲੀਕਾਸਟ ਹੈ, ਲਾਈਵ ਟੈਲੀਕਾਸਟ ਦੇ ਵਿੱਚ ਇਹ ਜਨਾਬ ਹੋਰਾਂ ਦਾ ਰਵੱਈਆ ਤੁਸੀਂ ਕਿਵੇਂ ਦੇਖਿਆ, ਮੈਨੂੰ ਬਾਹਾਂ ਫੜ ਕੇ ਲਿਆ ਕੇ ਇੱਧਰ ਸੈੱਟ ਰਹੇ ਸੀ, ਉਹ ਇਹਨਾਂ ਦਾ ਮਾਨਸਿਕਤਾ ਤੁਸੀਂ ਦੇਖੋ ਇਹਨਾਂ ਦੀ। ਇਹ ਜਨਾਬ ਹੋਣੀ ਨਵੇਂ ਨਵੇਂ ਪੜ੍ਹੇ ਲਿਖੇ ਮੁੰਡੇ ਲੱਗਦੇ ਆ, ਇਹ ਮੈਨੂੰ ਕਿੱਦਾਂ ਖਿੱਚ ਰਹੇ ਸੀ, ਇਹ ਤਕਰੀਬਨ ਨਵੇਂ ਭਰ ਲੱਗਦੇ ਨੇ, ਇਹਨਾਂ 'ਚ ਕੋਈ ਅਨਪੜ੍ਹ ਦਾ ਕੋਈ ਭਰਤੀ ਹੋਇਆ ਜਿਹੜੇ ਪੜ੍ਹੇ ਲਿਖੇ ਨੇ। ਤਾਂ ਇਹ ਤੁਸੀਂ ਦੇਖੋ ਐਟੀਟਿਊਡ ਇਹਨਾਂ ਦਾ, ਇਹ ਰਵੱਈਆ, ਅਤੇ ਹਾਲੇ ਕੋਈ ਪ੍ਰਦਰਸ਼ਨ ਨਹੀਂ ਹੋ ਰਿਹਾ, ਹਾਲੇ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਰਸਤਾ ਬਲੌਕ ਹੈ, ਇੱਧਰ ਦੀ ਕੋਈ ਜਿਹੜਾ ਹੈਗਾ ਨਹੀਂ ਲੰਘ ਸਕਦਾ, ਕੋਈ ਲੰਘ ਇੱਥੋਂ ਫਿਲਹਾਲ ਆਮ ਲੋਕ ਆ ਜਿਹੜੇ ਉਹ ਵੀ ਖੱਜਲ ਨਾ ਹੋਣ, ਉਹ ਇੱਧਰ ਨਾ ਆਉਣ ਇਸ ਰਸਤੇ 'ਤੇ, ਕਿਉਂਕਿ ਪੈਦਲ ਰਸਤਾ ਵੀ ਇਹ ਬਲੌਕ ਕਰ ਦਿੱਤਾ ਗਿਆ। ਪਰ ਇਹ ਹਰਿਆਣਾ ਪੰਜਾਬ ਵਾਲੀ ਜਿਹੜੀ ਮਾਨਸਿਕਤਾ ਪੈਦਾ ਕੀਤੀ ਜਾ ਰਹੀ ਹੈ ਇੱਥੇ ਸਿਸਟਮ, ਤਾਂ ਉਹ ਨਜ਼ਰ ਆ ਰਹੀ ਹੈ। ਇਹ ਘੱਗਰ ਦਾ ਜਿਹੜਾ ਪਾਣੀ ਬੇਸ਼ੱਕ ਬਿਲਕੁਲ ਥੋੜ੍ਹਾ, ਪਰ ਉਹਦਾ ਵੀ ਰਸਤਾ ਬੰਦ ਕੀਤਾ ਗਿਆ। ਜਿਹੜੇ ਕੋਈ ਵਿਅਕਤੀ ਇੱਕਾ ਦੁੱਕਾ ਲੰਘਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਇਸ ਪਾਣੀ ਦੇ ਵਿੱਚ ਦੀ ਲੰਘਣਾ ਪੈ ਰਿਹਾ। ਤਾਂ ਇਹ ਤਸਵੀਰ ਹੈ ਜੀ, ਹਾਲਾਂਕਿ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਅੱਗੇ ਕੀ ਤਸਵੀਰ ਹੋਏਗੀ, ਜਦੋਂ ਇੱਥੇ ਕਿਸਾਨ ਇਕੱਠੇ ਹੋਣਗੇ ਉਸ ਵੇਲੇ ਕੀ ਤਸਵੀਰ ਰਹੇਗੀ ਉਹ ਸਮਾਂ ਦੱਸੇਗਾ। ਹਾਲਾਂਕਿ ਕੇਂਦਰ ਦੇ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ, ਹੋ ਸਕਦਾ ਗੱਲਬਾਤ ਦੇ ਰਾਹੀਂ ਮਸਲੇ ਦਾ ਹੱਲ ਹੋ ਜੇ। ਪਰ ਇੱਕ ਜਿਹੜੀ ਚੀਜ਼ ਮੈਂ ਸਪਸ਼ਟ ਕਰਨੀ ਚਾਹੁੰਦਾ ਕਿ ਜੇ ਇਸ ਤੋਂ ਬਾਅਦ ਸਾਡੇ 'ਤੇ ਕੋਈ ਅਟੈਕ ਹੁੰਦਾ ਜਾਂ ਸਾਨੂੰ ਕੋਈ ਸੱਟ ਲੱਗਦੀ ਹੈ, ਸਾਡੇ 'ਤੇ ਕੋਈ ਹਮਲਾ ਹੁੰਦਾ, ਅਤੇ ਜਿਹੜੇ ਮੁਲਾਜ਼ਮਾਂ ਦੀ ਤਸਵੀਰ ਇੱਕ ਵਾਰੀ ਮੈਂ ਫਿਰ ਦਿਖਾ ਦਿਆਂ, ਕਿਉਂਕਿ ਇਹ ਮੁਲਾਜ਼ਮ ਜਿਹੜੇ ਨੇ ਇਹ ਇੱਥੇ ਮੌਜੂਦ ਨੇ, ਇਹ ਤਸਵੀਰ ਤੁਹਾਨੂੰ ਇਕੱਲੇ ਇਕੱਲੇ ਦੀ ਯਾਦ ਕਰਾ ਦਿਆਂ। ਜੇ ਇਸ ਤੋਂ ਬਾਅਦ ਕੋਈ ਸਾਡੇ 'ਤੇ ਅਟੈਕ ਹੁੰਦਾ, ਸਾਡੇ 'ਤੇ ਕੋਈ ਸੱਟ 'ਚ ਫਿੱਟ ਲੱਗਦੀ ਹੈ, ਤਾਂ ਉਹਦੀ ਕਿਰਪਾ ਇਹਨਾਂ 'ਚੋਂ ਕੋਈ ਕਰੇਗਾ। ਇਹ ਤਸਵੀਰ ਤੁਸੀਂ ਵੇਖ ਸਕਦੇ ਹੋ, ਤਾਂ ਉਹਦੇ ਲਈ ਜ਼ਿੰਮੇਵਾਰ ਇਹਨਾਂ ਮੇਰੇ ਭਰਾਵਾਂ 'ਚੋਂ ਕੋਈ ਹੋਏਗਾ, ਬੇਸ਼ੱਕ ਹਰਿਆਣਵੀ ਨੇ, ਪਰ ਇਹਨਾਂ ਦੀ ਮਾਨਸਿਕਤਾ ਆਪਣੀ ਹੈ, ਸਾਡੀ ਆਪਣੀ ਹੈ। ਇਹ ਤਸਵੀਰ ਤੁਸੀਂ ਲਾਈਵ ਇਸ ਵੇਲੇ ਦੇਖ ਰਹੇ ਹੋ, ਅਤੇ ਇਹਨਾਂ ਦੇ ਘਰ ਦੇ ਵੀ ਜਿਹੜੇ ਕੋਈ ਹਰਿਆਣੇ ਵਾਲੇ ਦੇਖ ਰਹੇ ਹੋਣਗੇ ਉਹ ਵੀ ਪਛਾਣ ਲਿਓ ਕਿ ਇਹਨਾਂ ਦੇ ਵਿੱਚ ਵੀ ਕਿਸੇ ਦੀ ਕਿਰਪਾ ਹੋਏਗੀ ਜੇ ਮੇਰੇ ਕੋਈ ਸੱਟ ਫਿੱਟ ਲੱਗਦੀ ਹੈ ਜਾਂ ਮੇਰੇ ਸਾਥੀਆਂ 'ਤੇ ਲੱਗਦੀ ਆ। ਤਾਂ ਇਹ ਲਾਈਵ ਤਸਵੀਰਾਂ ਸ਼ੰਭੂ ਬੈਰੀਅਰ ਦੀਆਂ, ਕਿਸ ਤਰ੍ਹਾਂ ਦੇ ਹਾਲਾਤ ਨੇ, ਕਿਸ ਤਰ੍ਹਾਂ ਦੀ ਤਸਵੀਰ ਹੈ, ਉਹ ਤੁਹਾਡੇ ਸਾਹਮਣੇ ਦਿਖਾਉਣ ਦੀ ਕੋਸ਼ਿਸ਼ ਕਿ ਕਿਵੇਂ ਪਹਿਲਾਂ ਹੀ ਭਾਰਤ ਪਾਕਿਸਤਾਨ ਵਰਗਾ ਬਾਰਡਰ ਆ ਜਿਹੜਾ ਉਹ ਇੱਥੇ ਸ਼ੰਭੂ 'ਤੇ ਬਣਾ ਦਿੱਤਾ ਗਿਆ। ਫਿਲਹਾਲ ਹਰ ਤਸਵੀਰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ। ਮੇਰੇ ਨਾਲ ਇਸ ਵੇਲੇ ਮੇਰੇ ਸਹਿਯੋਗੀ ਕੈਮਰਾਮੈਨ ਅਜੇ ਕੁਮਾਰ ਡਟੇ ਹੋਏ ਨੇ, DSNG ਵਾਲੇ ਸਾਡੇ ਇੰਜੀਨੀਅਰ ਲੱਗੇ ਹੋਏ ਨੇ ਯਸ਼ਪਾਲ ਅਤੇ ਅਰਸ਼ਦੀਪ, ਅਤੇ ਮੈਂ ਨਰਪਿੰਦਰ ਸਿੰਘ ਬਰਾੜ। ਜੋ ਵੀ ਇੱਥੇ ਸਥਿਤੀ ਹੋਏਗੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਜੋ ਕੁਝ ਵੀ ਇੱਥੇ ਅਗਰ ਕੁਝ ਵਾਪਰਦਾ ਤਾਂ ਉਹਦੇ ਲਈ ਜਿਹੜੇ ਜ਼ਿੰਮੇਵਾਰ ਹੋਣਗੇ ਉਹਨਾਂ ਦੀ ਤਸਵੀਰ ਵੀ ਤੁਹਾਡੇ ਤੱਕ ਲਾਈਵ ਪਹੁੰਚਾ ਦਿੱਤੀ ਹੈ ਜੀ।